ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਤਾਲਿਬਾਨ ਦੇ ਹੱਥ ਲੱਗੀ ਅਜੇ ਹੀ ਚੀਜ਼ ਕਿ ਪੂਰੀ ਦੁਨੀਆ ਦਾ ਮੂੰਹ ਰਹਿ ਗਿਆ ਅੱਡਿਆ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਾਲਿਬਾਨ ਲੜਾਕਿਆਂ ਨੇ ਅਫਗਾਨਿਸਤਾਨ ਵਿੱਚ ਲਗਭਗ ਹਰ ਜਗ੍ਹਾ ਕਬਜ਼ਾ ਕਰ ਲਿਆ ਇਸ ਦੇ ਨਾਲ ਉਹ ਅਫਗਾਨਿਸਤਾਨ ਦੀ ਹਰ ਚੀਜ਼ ਉੱਤੇ ਆਪਣੀ ਮਾਲਕੀ ਦਾ ਦਾਵਾ ਕਰ ਰਹੇ ਹਨ ਇਹਨਾਂ ਵਿੱਚ ਖਰਬਾਂ ਡਾਲਰ ਦਾ ਖਜ਼ਾਨਾ ਸ਼ਾਮਲ ਹੈ ਜੋ ਹਰ ਇੱਕ ਦੇਸ਼ ਦੀ ਆਰਥਿਕਤਾ ਦੀ ਨੀਂਹ ਹੁੰਦਾ ਹੈ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਹੱਥਾਂ ਦੇ ਵਿੱਚ ਬਹੁਤ ਵੱਡੀ ਖਣਿਜ ਦੌਲਤ ਇਸ ਦੀ ਕੀਮਤ 10 ਲੱਖ ਕਰੋੜ ਡਾਲਰ ਜਾਨੀ ਕਿ 1 ਟ੍ਰਿਲੀਅਨ ਡਾਲਰ ਤੋਂ ਵੀ ਵੱਧ ਹੈ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਖਣਿਜ ਹਨ ਜਿਨ੍ਹਾਂ ਦੀ ਕੀਮਤ ਲਗਭਗ 1 ਟ੍ਰਿਲੀਅਨ ਡਾਲਰ ਹੈ ਜਿਸ ਦੇ ਵਿੱਚ ਕੁਝ ਖਣਿਜ ਪਦਾਰਥ ਅਜਿਹੇ ਵੀ ਹਨ ਜੋ ਨਵਿਆਉਣਯੋਗ ਊਰਜਾ ਦੀ ਵਿਸ਼ਵ ਦੀ ਸਭ ਤੋਂ ਵੱਡੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ ਪਰ ਅਫਗਾਨਿਸਤਾਨ ਨੇ ਆਪਣੇ ਵਿਸ਼ਾਲ ਖਣਿਜ ਭੰਡਾਰ ਲੱਭਣ ਲਈ ਲੰਬੇ ਸੰਘਰਸ਼ ਕੀਤੇ ਹਨ ਤਾਲਿਬਾਨ 20 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰ ਰਿਹਾ ਤੇ ਉਸ ਦੇ ਕੋਲੇ ਵਿੱਤੀ ਸਰੋਤ ਸੀਮਤ ਹਨ ਤੇ ਅਫਗਾਨਿਸਤਾਨ ਦੇ ਵਿੱਚ ਬੇਅੰਤ ਯੁੱਧਾਂ ਤੇ ਕਮਜ਼ੋਰ ਬੁਨਿਆਦੀ ਢਾਂਚੇ ਨੇ ਦੇਸ਼ ਨੂੰ ਧਨਤਾ ਕੱਢਣ ਤੋਂ ਰੋਕਿਆ ਹੈ ਪਰ ਉਹੀ ਖਣਿਜ ਉਸਦੀ ਆਰਥਿਕ ਕਿਸਮਤ ਬਦਲ ਸਕਦੇ ਨੇ ਯੂ ਐਸ ਜੀਓ ਲੌਜੀਕਲ ਸਰਵੇ ਦੇ ਵਿੱਚ ਰਿਪੋਰਟ ਦੇ ਅਨੁਸਾਰ ਖਣਿਜਾਂ ਦੇ ਵਿੱਚ ਬਾਕਸਾਈਟ ਤਾਂਬਾ ਲੋਹਾ ਧਾਤ ਲਥੀਮੀਅਮ ਆਦ ਸ਼ਾਮਲ ਹੈ ਬਿਜਲੀ ਦੀਆਂ ਤਾਰਾ ਬਣਾਉਣ ਲਈ ਤਾਂਬਾ ਲੋੜਿੰਦਾ ਹੁੰਦਾ ਇਸ ਦੀ ਕੀਮਤ ਵੱਧ ਕੇ 10000 ਡਾਲਰ ਪ੍ਰਤੀ ਟਨ ਤੋਂ ਵੱਧ ਹੋ ਗਈ ਆ ਅਫਗਾਨਿਸਤਾਨ ਦੇ ਵਿੱਚ ਨਿਓਡੀਅਮ ਪ੍ਰੈਸੋਡੀਅਮ ਅਤੇ ਡਿਸਪਰੋਮੀਅਮ ਦੁਰਲਭ ਧਾਤਾਂ ਵੀ ਹਨ ਜੋ ਸਾਫ ਊਰਜਾ ਖੇਤਰ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਯੂਐਸ ਨੇ ਅਫਗਾਨਿਸਤਾਨ ਦੀ ਖਣਿਜ ਦੌਲਤ ਦਾ ਅਨੁਮਾਨ 1 ਟ੍ਰਿਲੀਅਨ ਡਾਲਰ ਰੱਖਿਆ ਹੈ ਭਾਵੇਂ ਅਫਗਾਨ ਅਧਿਕਾਰੀ ਇਸ ਨੂੰ 3 ਗੁਣਾ ਦੱਸਿਆ ਹੈ ਅਫਗਾਨਿਸਤਾਨ ਹੁਣ ਪੰਨਾ ਤੇ ਮਾਨਕ ਜਿਹੇ ਕੀਮਤੀ ਪੱਥਰਾਂ ਦੇ ਨਾਲ ਅਰਧ ਕੀਮਤੀ ਟੂਮਲਾਈਨ ਅਤੇ ਲੈਪਸ ਲੁਜਲੀ ਦੀ ਪੁਟਾਈ ਕਰ ਰਿਹਾ ਹੈ ਇਸ ਦਾ ਵਪਾਰ ਪਾਕਿਸਤਾਨ ਦੀ ਨਜਾਇਜ਼ ਤਸਕਰੀ ਦੇ ਨਾਲ ਹੁੰਦਾ ਇਸ ਤੋਂ ਇਲਾਵਾ ਇੱਥੇ ਸੰਗਮਰਮਰ ਅਤੇ ਕੋਲੇ ਦੇ ਵੀ ਬਹੁਤ ਸਾਰੇ ਖਣਿਜ ਹਨ ਤਾਲਿਬਾਨ ਦੇ ਕਬਜ਼ੇ ਨੇ ਵਿਦੇਸ਼ੀ ਨਿਵੇਸ਼ਕ ਰੁਕ ਸਕਦੇ ਨੇ ਪਰ ਚੀਨ ਉਹਨਾਂ ਨਾਲ ਵਪਾਰ ਕਰਨ ਲਈ ਤਿਆਰ ਹੈ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਚੀਨ ਨੇ ਕਿਹਾ ਕਿ ਉਹ ਤਾਲਿਬਾਨ ਦੇ ਕਾਬਲ ਵਿੱਚ ਦਾਖਲ ਹੋਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਦੋਸਤਾਨਾ ਅਤੇ ਤਾਲਮਿਲ ਵਧਾਉਣ ਵਾਲੇ ਸਬੰਧ ਕਾਇਮ ਰੱਖਣ ਦੀ ਤਿਆਰ ਹੈ ਧੰਨਵਾਦ